ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਹਾਂ ਜੀ ਤੁਹਾਡਾ ਸਾਡੇ ਯੂਟਿਊਬ ਚੈਨਲ ਦੀਪ ਟਰਬਨੇਟਰ ਦੇ ਉੱਪਰ ਅੱਜ ਦੀ ਜਿਹੜੀ ਵੀਡੀਓ ਆ ਉਹ ਹੈਗੀ ਆ ਪਟਿਆਲਾ ਸ਼ਾਹੀ ਪੱਗ ਡਬਲ ਪੇਚਾਂ ਵਾਲੀ ਪੱਗ ਇਸ ਵੀਡੀਓ ਵਿੱਚ ਆਪਾਂ ਇੱਕ ਲੜ ਦੇ ਵਿੱਚ ਦੋ ਲੜ ਕੱਢਾਂਗੇ ਅਤੇ ਜਿਹੜੀ ਪੱਗ ਦੀ ਲੈਂਥ ਹੈਗੀ ਆ 7 ਮੀਟਰ ਅਤੇ ਜਿਹੜਾ ਕੱਪੜਾ ਆ ਉਹ ਹੈਗਾ ਆ ਰੂਬੀਆ ਵੈਲ ਅਤੇ ਇਹਦੇ ਥੱਲੇ ਜਿਹੜਾ ਬੇਸ ਆ ਉਹ ਹੈਗਾ 1 ਮੀਟਰ ਦਾ ਪਟਕਾ ਨਾਲ ਸਾਈਡ 'ਤੇ ਮੈਂ ਜੂੜਾ ਕੀਤਾ ਹੋਇਆ ਲੈਫਟ ਸਾਈਡ 'ਤੇ ਖੱਬੇ ਪਾਸੇ ਅਤੇ ਥੋੜ੍ਹਾ ਜਿਹਾ ਕੱਪੜੇ ਦਾ ਬੇਸ ਵੀ ਯੂਜ਼ ਕੀਤਾ ਹੈ। ਪਹਿਲਾ ਲੜ ਲਗਾਉਣ ਸਮੇਂ ਇੱਕ ਗੱਲ ਦਾ ਧਿਆਨ ਜ਼ਰੂਰ ਰੱਖਣਾ ਹੈ, ਜਿਹੜੀ ਖੁੱਲ੍ਹੀ ਸਾਈਡ ਹੁੰਦੀ ਹੈ ਉਹਨੂੰ ਆਪਾਂ ਥੱਲੇ ਨੂੰ ਰੱਖਣਾ ਹੈ ਹੇਠਾਂ ਵੱਲ ਨੂੰ, ਅਤੇ ਜਿਹੜੀ ਬੰਦ ਸਾਈਡ ਹੁੰਦੀ ਹੈ ਉਹਨੂੰ ਆਪਾਂ ਉੱਪਰ ਵੱਲ ਨੂੰ ਰੱਖਣਾ। ਅਤੇ ਪਹਿਲਾ ਲੜ ਅਸੀਂ ਅੱਧੀ ਅੱਖ ਅੱਧੀ ਗੱਲ ਅਤੇ ਪੂਰਾ ਕੰਨ ਕਵਰ ਕਰਨਾ ਹੈ ਪਹਿਲੇ ਲੜ ਦੇ ਨਾਲ। ਵੀਡੀਓ ਨੂੰ ਨਾਲ ਦੀ ਨਾਲ ਸ਼ੇਅਰ ਜ਼ਰੂਰ ਕਰ ਦਿਓ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਅਤੇ ਬੈੱਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਅਤੇ ਜਿਨ੍ਹਾਂ ਵੀਰਾਂ ਨੂੰ ਪੱਗ ਬੰਨ੍ਹਣ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਉਹਨਾਂ ਵੀਰਾਂ ਨੂੰ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਸਾਰੇ ਹੀ ਆਪਾਂ ਪੱਗ ਬੰਨ੍ਹ ਸਕੀਏ। ਦੋਸਤੋ, ਜਿਹੜੇ ਆਪਾਂ ਇੱਕ ਲੜ ਦੇ ਵਿੱਚੋਂ ਦੋ ਲੜ ਬਣਾਈ ਦੇ ਆ ਉਹ ਬਹੁਤ ਹੀ ਸੌਖੇ ਹੁੰਦੇ ਆ। ਲੜ ਜਦੋਂ ਇੱਕ ਲੜ ਦੇ ਵਿੱਚ ਆਪਾਂ ਦੋ ਲੜ ਬਣਾਉਣੇ ਆ ਉਹ ਸਿਰਫ ਹੱਥਾਂ ਦੀ ਸਹਾਇਤਾ ਦੇ ਨਾਲ ਹੀ ਬਣਦੇ ਨੇ ਅਤੇ ਬਾਅਦ ਵਿੱਚ ਸਿਲਾਈ ਦੀ ਆਪਾਂ ਵਰਤੋਂ ਕਰਕੇ ਉਹਨਾਂ ਨੂੰ ਸਾਫ਼ ਜ਼ਰੂਰ ਕਰ ਸਕਦੇ ਹਾਂ, ਲੇਕਿਨ ਜਿਹੜੇ ਲੜ ਆ ਉਹ ਅਸੀਂ ਆਪਣੇ ਹੱਥਾਂ ਦੀ ਸਹਾਇਤਾ ਦੇ ਨਾਲ ਹੀ ਬਣਾ ਸਕਦੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਜਿੱਦਾਂ ਆਪਾਂ ਸਿੰਪਲ ਲੜ ਨੂੰ ਆਪਾਂ ਜਿਹੜਾ ਪਿੰਚ ਕਰੀਦਾ ਉੱਦਾਂ ਹੀ ਪਿੰਚ ਕਰਕੇ ਆਪਣੇ ਹੱਥਾਂ ਦੇ ਨਾਲ ਜਿਹੜੇ ਲੜਾਂ ਨੂੰ ਦੋ ਲੜ ਦੀ ਸ਼ੇਪ ਦੇਣੀ ਹੁੰਦੀ ਆ। ਪਹਿਲੇ ਇੱਕ ਲੜ ਨੂੰ ਪਿੰਚ ਕਰਕੇ ਮੁੜ ਕੇ ਦੂਜੇ ਲੜ ਦੇ ਵਾਂਗ ਆਪਾਂ ਪਿੰਚ ਕਰਨਾ ਹੁੰਦਾ ਇਸ ਨੂੰ, ਅਤੇ ਸਿਲਾਈ ਦੀ ਸਹਾਇਤਾ ਦੇ ਨਾਲ ਹੀ ਆਪਾਂ ਇਸ ਨੂੰ ਜਿਹੜਾ ਵਧੀਆ ਤਰੀਕੇ ਦੇ ਨਾਲ ਸ਼ੇਪ ਜਿਹੜੀ ਦੇ ਸਕਦੇ ਹਾਂ। ਸੋ ਤੁਸੀਂ ਦੇਖ ਸਕਦੇ ਹੋ ਸਿਲਾਈ ਦੇ ਨਾਲ ਜਿਹੜੇ ਲੜ ਮੋਟੇ ਹੁੰਦੇ ਆ ਅਤੇ ਜਿਹੜੀ ਸ਼ੇਪ ਵਧੀਆ ਆ ਜਾਂਦੀ ਹੈ ਸਿਲਾਈ ਦੇ ਨਾਲ। ਇਸ ਲਈ ਸਿਲਾਈ ਦੀ ਵਰਤੋਂ ਨਾਲ ਦੀ ਨਾਲ ਜ਼ਰੂਰ ਕਰਿਆ ਕਰੋ ਕਿਉਂਕਿ ਇਸ ਦੇ ਨਾਲ ਜਿਹੜੇ ਲੜ ਦੀ ਜਿਹੜੀ ਫਿਨਿਸ਼ਿੰਗ ਹੁੰਦੀ ਹੈ ਸ਼ੇਪ ਜਿਹੜੀ ਲੜਾਂ ਦੀ ਇੱਕਦਮ ਪਰਫੈਕਟ ਆ ਜਾਂਦੀ ਹੈ, ਇੱਕਦਮ ਲੜ ਹੈ ਸਾਫ਼ ਹੋ ਜਾਂਦੇ ਨੇ। ਸੋ ਇਸ ਕਰਕੇ ਨਾਲ ਦੀ ਨਾਲ ਸਿਲਾਈ ਦੀ ਵਰਤੋਂ ਜ਼ਰੂਰ ਕਰਿਆ ਕਰੋ। ਹੁਣ ਆਪਾਂ ਤੀਜਾ ਜਿਹੜਾ ਪੱਲਾ ਹੈ ਉਹ ਲਗਾਵਾਂਗੇ। ਤੀਸਰੇ ਲੜ ਦੇ ਵਿੱਚੋਂ ਵੀ ਆਪਾਂ ਦੋ ਲੜ ਕੱਢਾਂਗੇ। ਸੋ ਤੁਸੀਂ ਦੇਖ ਸਕਦੇ ਹੋ ਤੀਸਰਾ ਲੜ ਵੀ ਇੱਦਾਂ ਹੀ ਆਪਾਂ ਜਿੱਦਾਂ ਪਟਿਆਲਾ ਸ਼ਾਹੀ ਪੱਗ ਲਈ ਆਪਾਂ ਲੜ ਲਗਾਈਦਾ ਉੱਦਾਂ ਹੀ ਲਗਾ ਕੇ ਪੂਣੀ ਪੂਰੀ ਖੋਲ੍ਹ ਲੈਣੀ ਹੈ ਚੰਗੀ ਤਰ੍ਹਾਂ। ਉਸਨੂੰ ਆਪਾਂ ਇੱਕ ਪਿੰਚ ਲਗਾ ਕੇ ਹਲਕਾ ਜਿਹਾ ਉਸਦਾ ਜਿਹੜਾ ਇੱਕ ਲੜ ਬਣਾ ਕੇ ਪਹਿਲੇ ਸ਼ੇਪ ਦੇ ਕੇ ਲੜ ਨੂੰ ਮੁੜ ਕੇ ਅਸੀਂ ਦੂਜੇ ਲੜ ਦੀ ਸ਼ੇਪ ਦੇਣੀ ਹੈ। ਉਸਨੂੰ ਅਸੀਂ ਹਲਕਾ ਜਿਹਾ ਪਿੰਚ ਕਰਕੇ ਅੰਗੂਠੇ ਦੀ ਸਹਾਇਤਾ ਦੇ ਨਾਲ ਅਤੇ ਇੱਕ ਲੜ ਦੇ ਵਿੱਚ ਜਿਹੜੇ ਦੋ ਲੜ ਆਪਣੇ ਆਪ ਨਿਕਲ ਆਉਣਗੇ। ਹੱਥਾਂ ਦੀ ਸਹਾਇਤਾ ਦੇ ਨਾਲ ਜ਼ਰੂਰ ਲੜਾਂ ਨੂੰ ਸੈੱਟ ਕਰੋ, ਬਾਅਦ ਵਿੱਚ ਸਿਲਾਈ ਦੀ ਵਰਤੋਂ ਜ਼ਰੂਰ ਕਰੋ ਕਿਉਂਕਿ ਜਿਹੜੀ ਸਿਲਾਈ ਦੀ ਵਰਤੋਂ ਦੇ ਨਾਲ ਹੀ ਜਿਹੜੇ ਲੜਾਂ ਦੀ ਅਸਲੀ ਸ਼ੇਪ ਜਿਹੜੀ ਬਣਦੀ ਹੈ। ਵੀਡੀਓ ਨੂੰ ਪੂਰਾ ਜ਼ਰੂਰ ਦੇਖਿਆ ਕਰੋ, ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਕਿਉਂਕਿ ਵੀਡੀਓ ਪੂਰੀ ਦੇਖਾਂਗੇ ਤਾਂ ਹੀ ਆਪਾਂ ਆਪਣੇ ਸਿਰ ਦੇ ਉੱਤੇ ਜਿਹੜੀ ਸੋਹਣੀ ਦਸਤਾਰ ਆ ਸਜਾ ਸਕਾਂਗੇ। ਅਤੇ ਜਿਨ੍ਹਾਂ ਵੀਰਾਂ ਨੂੰ ਪੱਗ ਪਹਿਲਾਂ ਹੀ ਬੰਨ੍ਹਣੀ ਆਉਂਦੀ ਹੈ ਜੇ ਉਹ ਵੀ ਵੀਡੀਓ ਮੇਰੀ ਦੇਖਦੇ ਨੇ ਤਾਂ ਸਾਨੂੰ ਕਮੈਂਟਾਂ 'ਚ ਜ਼ਰੂਰ ਦੱਸਿਆ ਕਰੋ ਜੇ ਅਸੀਂ ਕੋਈ ਗਲਤੀ ਕਰਦੇ ਹਾਂ। ਜੇ ਤੁਹਾਨੂੰ ਵੀ ਕੁਝ ਸਿੱਖਣ ਨੂੰ ਮਿਲਦਾ ਹੈ ਤਾਂ ਸਾਨੂੰ ਜ਼ਰੂਰ ਦੱਸਿਆ ਕਰੋ ਕਮੈਂਟਾਂ ਦੇ ਵਿੱਚ। ਤਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਇੱਕ ਲੜ ਨੂੰ ਆਪਾਂ ਪਹਿਲੇ ਪਿੰਚ ਕਰਕੇ ਨਾਲ ਦੀ ਨਾਲ ਹੀ ਜਿਹੜਾ ਦੂਸਰਾ ਲੜ ਹੁੰਦਾ ਹੈ ਉਸਨੂੰ ਵੀ ਆਪਾਂ ਪਿੰਚ ਕਰਨਾ ਹੁੰਦਾ ਹੈ ਇਕੱਠੇ ਫੜ ਕੇ, ਅਤੇ ਬਾਅਦ ਦੇ ਵਿੱਚ ਆਪਣੇ ਹੱਥਾਂ ਦੀ ਸਹਾਇਤਾ ਦੇ ਨਾਲ ਜਿਹੜਾ ਉਸਨੂੰ ਦੋ ਲੜਾਂ ਦੀ ਸ਼ੇਪ ਦੇਣੀ ਹੁੰਦੀ ਹੈ। ਜਦੋਂ ਆਪਾਂ ਸ਼ੇਪ ਦਿੰਦੇ ਹਾਂ ਤਾਂ ਲੜ ਸਾਫ਼ ਨਹੀਂ ਬਣਦੇ, ਲੇਕਿਨ ਜਦੋਂ ਆਪਾਂ ਸਿਲਾਈ ਦੀ ਵਰਤੋਂ ਕਰਦੇ ਹਾਂ ਤਾਂ ਲੜ ਬਿਲਕੁਲ ਇੱਕਦਮ ਸਾਫ਼ ਨਿਕਲ ਕੇ ਆਉਂਦੇ ਨੇ। ਸੋ ਇਸ ਕਰਕੇ ਸਿਲਾਈ ਦੀ ਵਰਤੋਂ ਦੇ ਨਾਲ ਹੀ ਜਿਹੜੇ ਆਪਾਂ ਲੜ ਆ ਉਹ ਆਪਾਂ ਡਬਲ ਕਰ ਸਕਦੇ ਹਾਂ। ਸੋ ਤੁਸੀਂ ਦੇਖ ਸਕਦੇ ਹੋ ਇੱਦਾਂ ਸਿਲਾਈ ਦੀ ਵਰਤੋਂ ਕਰਾਂਗੇ ਆਪਾਂ ਤਾਂ ਲੜ ਮੋਟੇ ਹੋ ਜਾਣਗੇ। ਸਿਲਾਈ ਦੀ ਵਰਤੋਂ ਜ਼ਰੂਰ ਕਰਿਆ ਕਰੋ ਪੱਗ ਬੰਨ੍ਹਣ ਵੇਲੇ, ਇਸ ਦੇ ਨਾਲ ਜਿਹੜੀ ਲੜਾਂ ਦੀ ਸਫਾਈ ਹੈ ਉਹ ਬਿਲਕੁਲ ਇੱਕਦਮ ਐਂ ਸਾਫ਼ ਹੋ ਜਾਂਦੀ ਹੈ। ਅਤੇ ਸਿਲਾਈ ਜਿਹੜੀ ਆ ਉਹ ਬਰੀਕ ਵਰਤਣੀ ਹੈ, ਬਿਲਕੁਲ ਬਰੀਕ ਸਿਲਾਈ ਵਰਤਣੀ ਹੈ। ਤੁਸੀਂ ਜਾਂਦੇ ਹੋ ਗੁਰਦੁਆਰਾ ਸਾਹਿਬ ਤਾਂ ਉੱਥੋਂ ਤੁਹਾਨੂੰ ਚੋਪਸ ਦੇ ਉੱਪਰ ਵਾਹਵਾ ਮਿਲ ਜਾਣਗੀਆਂ ਸਿਲਾਈਆਂ, ਬਹੁਤ ਮੋਟੀਆਂ ਵੀ ਆਉਂਦੀਆਂ ਨੇ ਪਤਲੀਆਂ ਵੀ ਆਉਂਦੀਆਂ ਨੇ। ਸੋ ਬਰੀਕ ਸਿਲਾਈ ਹੀ ਵਰਤਣੀ ਹੈ ਜਦੋਂ ਦੋ ਲੜਾਂ ਦੀ ਆਪਾਂ ਪੱਗ ਬੰਨ੍ਹੀ ਹੈ। ਇੱਕ ਲੜ ਦੇ ਵਿੱਚ ਜੋ ਆਪਾਂ ਦੋ ਲੜ ਕਹਿ ਲਓ ਜਾਂ 3 ਲੜ ਕੱਢਣੇ ਆ ਉਹਦੇ ਲਈ ਅਸੀਂ ਬਰੀਕ ਸਿਲਾਈ ਹੀ ਵਰਤਣੀ ਹੈ। ਅਤੇ ਜਿਨ੍ਹਾਂ ਵੀਰਾਂ ਨੇ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਅਤੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਆ ਕਰੋ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ। ਅਤੇ ਜਿਹੜੇ ਵੀਰ ਮੋਨੇ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਿੰਘ ਜ਼ਰੂਰ ਸਜੋ ਅਤੇ ਪੱਗ ਜ਼ਰੂਰ ਬੰਨਿਆ ਕਰੋ ਰੋਜ਼।
जिन्हां वीरां नूं पग बन्नण दे विच कोई प्रॉब्लम आउंदी है जां जिन्हां नूं पग नहीं बननी आउंदी हले पग बननी सिख रहे ने जां कदी पग बन्नी नहीं ओह कमेंटां विच सानूं कुछ भी पुछना होए पुछ सकदे ने जां कोई पग बन्नण दे विच दिक्कत आउंदी है तां सानूं कमेंटां विच जरूर पुछन या फिर गुरुद्वारियां दे विच कैंप वगैरह भी लगदे ने उत्थे जरूर जाया करो कई वीर इहो जिहे ने जिहड़े पग बन्ननी फ्री सिखाउंदे ने कैंप वगैरह लाउंदे ने उहनां तक जरूर पहुंचिया करो तो तुसी देख सकते हो इस तरह जिहड़ी साडी पग है वह किड्डी सोहनी तरीके दे नाल जिहड़ी असी सजा लई है सिलाई की सहायता दे नाल जिहड़े लाड़े आ उहनां नूं मोटे जरूर करिया करो सिलाई दे नाल लड़ साफ करके अपने हाथों की सहायता के नाल जिहड़ा उहनां नूं मोटे जरूर करिया करो। इस तरह असी जिहड़ा लास्ट लड़ लगावांगे लास्ट लड़ लगाउण दे विच कई वीरां नूं प्रॉब्लम आउंदी है कि जिहड़ा लास्ट लड़ असी जदों पिंच करदे हां उस दे विच जिहड़ा डोंग पै जांदा है चिब पै जांदा जिसनूं आपां कहिंदे आ सो तुसी देखो जिहड़ा लास्ट लड़ आ उसनूं आपां हल्का जिहा जिहड़ा आ पिंच करना हुंदा आ सो तुसी देख सकदे हो हल्का जिहा पिंच करके उसनूं आपां बाकी जिहड़ा कपड़ा हुंदा है उसनूं आपां थल्ले खिच के तो अपने हत्थां दी सहायता दे नाल जिहड़ा सैट कर लेना आ तो नाल दी नाल ही जिहड़े पल्ले लड़ हुंदे आ उहनूं आपां साफ जरूर करने आ सिलाई दी असी जिहड़े लास्ट लड़ जिहड़े साफ करके आपां जिहड़ा लास्ट लड़ लगावांगे लास्ट लड़ आपां दो तरीके लगावांगे एक पहला जिहड़ा लड़ आ उह आपां फ्री स्टाइल लड़ लगावांगे जिसनूं आपां सिद्धा लड़ भी कह दिंदे आ ते जिहड़ा दूजा लड़ आ आपां उह उसदी आपां मोड़नी पावांगे सो तुसीं देख सकदे हो अपने लड़ जिहड़ा सैट करके उसनूं जिहड़ा अपनी उंगल दे नाल थोड़ा जिहा बेंड करके सिद्धा लड़ जिहड़ा सौखा ही उह लग जांदा है। तो दोस्तों जे पग वधिया लगी तो चैनल नूं जरूर सबसक्राइब करियो तो लाइक शेयर जरूर करियो तो नाल दी नाल कमेंट करके जरूर दस्यो कि तुहानूं पग किदां दी लगी। तो इस तरह हुण असीं जिहड़ा अपना मोरनी लड़ लगावांगे मोरनी लड़ भी इस तरह ही जिद्दां आपां पहले लड़ दा आपां जिहड़ा लड़ सैट कीता सीगा खुली साइड जिहड़ी उपर नूं ते बंद साइड थल्ले नूं रखणी है उस नूं अपने हत्थां दे नाल सैट करके लावांगे। लड़ लाउण तो पहले आपां जिहड़ियां दो पिन्नां जरूर लगाउणियां ने ते पिन जरूर मोटी लगाया करो क्योंकि आपां इक ते आपां जिहड़ी एक पिन लगाने आ उस दे नाल जिहड़ी उह मोरनी वधिया नहीं पैंदी तो घट्टो घट्ट जिहड़े दो पिन्नां जरूर लगाया करो उस दे नाल जिहड़ी मोरनी उह टिकी रहिंदी है ते जिहड़ी खिसकदी नहीं है मोरनी सो दो पिन्नां जरूर वरत्या करो। सो तुसीं देख सकदे हो आपां सेंटर 'च पिन लगा के अपने हत्थां दी सहायता दे नाल लड़ उपर नूं घुमा के अपने हत्थां दे नाल उसनूं सैट करके चंगी तरह लगाना है नप के ते इस दे उपर दो पिन्नां जरूर लगाउणियां ने क्योंकि इस दे नाल जिहड़ा लड़ आ खुलदा नहीं है मोरनी लड़ जिहड़ा हुंदा है तो इस करके पिन्नां जरूर लगाया करो इस दे नाल जिहड़ा लड़ आ उह लोक हो जांदा लड़ खुल्लण दा बिल्कुल भी चांस नहीं हुंदा ते कमेंट करके जरूर दस्सिओ तुहानूं किहड़ा लड़ वधिया लग्गिया फ्री स्टाइल लड़ वधिया लग्गिया जां मोरनी लड़ वधिया लग्गिया कमेंट करके जरूर दस्यो तो चैनल नूं नाल दी नाल सबसक्राइब जरूर कर लियो तो वीडियो नूं एंड तक बने रहने लई तुहाडा बहुत बहुत धन्यवाद। सो इस तरह असी जिहड़ी पग दी 50 है उसनूं आपां सिलाई दी सहायता दे नाल जिहड़ा उपर करांगे सो तुसी देख सकदे हो किन्नी सोहणी जिहड़ी पग दी साडी शेप है उह आ गई है। इस तरह ही नाल दी नाल पिछों जिहड़ा सिर कवर करांगे सिर कवर करन लई आपां जिहड़ा पिछों लाड़िया उसनूं थोड़ा जिहा खिंचांगे फिर उसनूं खिलार के अपने हत्थां दे नाल जां सिलाई दे नाल अंदर दे लांगे लड़ अगों दी ज़्यादा नहीं खिंचना क्योंकि जिहड़ा पहला लड़ हुंदा है खिसक जांदा तो नाल दी नाल ही जिहड़े पिछले लड़ दी शेप है उहनां नूं भी थोड़ी थोड़ी सिलाई फेर लेनी है। सो इसे तरह पग नूं पल्ले नूं फड़ के दोनों साइड तों लोक लगा देना है विच दे लेना है। सो ये सी साडी अज दी जिहड़ी वीडियो पटियाला शाही पग डबल पेचां वाली पग
ਤੇ ਜਿਹੜੀ ਲੈਂਥ ਆ ਇਸ ਦੀ ਉਹ ਹੈਗੀ ਆ 7 ਮੀਟਰ। ਕੱਪੜਾ ਜਿਹੜਾ ਆ ਉਹ ਰੂਬੀਆ ਵੈਲ, ਤੇ ਇਹਦੇ ਥੱਲੇ ਜਿਹੜਾ ਬੇਸ ਯੂਜ ਕੀਤਾ ਆ ਉਹ ਹੈਗਾ 1 ਮੀਟਰ ਦਾ ਪਟਕਾ, ਤੇ ਨਾਲ ਥੋੜ੍ਹਾ ਜਿਹਾ ਮੈਂ ਕੱਪੜੇ ਦਾ ਯੂਜ ਕੀਤਾ ਆ, ਤੇ ਜਿਹੜਾ ਜੂੜਾ ਆ ਮੈਂ ਉਸ ਸਾਈਡ 'ਤੇ ਕੀਤਾ ਹੋਇਆ ਵਾ, ਉਹਦੇ ਨਾਲ ਜਿਹੜੀ ਪੱਗ ਦੀ ਸ਼ੇਪ ਆ ਉਹ ਵਧੀਆ ਬਣ ਜਾਂਦੀ ਹੈ। ਸੋ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।